ਤੁਹਾਨੂੰ ਬਖਰੇ ਦਾ ਵੀ ਪਤਾ ਤੁਹਾਨੂੰ ਚਮੋੜੇ ਦਾ ਵੀ ਪਤਾ ਹੋਣਾ ਸਾਡੀ ਕਿਸੇ ਨਹੀਂ ਮੰਨੀ ਇੱਕ ਵਾਰੀ ਦੱਸ ਦਿਓ ਆਈ ਸਵੇਅਰ ਟੂ ਗੋਡ ਆਈ ਡੋਨਟ ਨੋ ਪਲੀਜ਼ ਤੁਹਾਡੀ ਬੜੀ ਮਿਹਰਬਾਨੀ ਸਾਹਿਬ ਜੀ ਇੱਕ ਵਾਰੀ ਪਤਾ ਹੀ ਨਹੀਂ ਦੱਸ ਦਿਓ ਚਮੋਟਾ ਕੀ ਹੁੰਦਾ ਹੈ ਹੁੰਦਾ ਹੈ ਇਹਦਾ ਸੋਹਣਾ ਹੱਥ ਰਾਣਿਆਂ ਦਾ ਹੋ ਹੀ ਨਹੀਂ ਸਕਦਾ ਮੈਂ ਕਿਹਾ ਚੌਧਰੀ ਸਾਹਿਬ ਹਾਂਜੀ ਮੌਲਾ ਜਾਣਦਾ ਮੈਂ ਤੁਹਾਡੀ ਵਜ੍ਹਾ ਤੋਂ ਖਾਮੋਸ਼ ਸਾਡੇ ਵਰਗਾ ਮੈਂ ਕਦੀ ਇਹੋ ਜਿਹੇ ਮਰਾਸੀਆਂ ਨੂੰ ਮੂੰਹ ਨਹੀਂ ਚਲਾਇਆ ਆਹਦੇ ਜਿੱਡਾ ਵੱਡਾ ਮੂੰਹ ਹੈ ਇੰਨੀ ਕੋਈ ਥਾਂ ਤੇ ਲੱਗਣਾ ਨਹੀਂ ਸੀ ਇਹ ਮੂੰਹ ਤੇ ਫਰਿਸ਼ਤੇ ਪਹਿਲਾਂ ਮੱਝ ਨੂੰ ਲਾਣ ਲੱਗੇ ਸਨ ਉਹ ਤੇ ਮੱਝ ਨੇ ਕਿਹਾ ਬਗਾਵਤ ਕਰਤੀ ਉਹਨੇ ਕਿਹਾ ਜੇ ਮੈਨੂੰ ਇਹ ਮੂੰਹ ਲਾਇਆ ਮੇਰੇ ਕੋਲੋਂ ਕਿਸੇ ਸ਼ਾਇਦ ਦੀ ਉਮੀਦ ਨਾ ਰੱਖਦਾ ਹੋਵੇ ਤਾਂ ਉਹਨਾਂ ਨੇ ਬੜੇ ਉਮੀਦ ਕਾਹਦੀ ਮੱਝ ਨੇ ਪਹਿਲੇ ਐਟਮ ਬੰਬ ਬਣਾਉਣਾ ਸੀ ਤੈਨੂੰ ਲੈ ਮੌਲਾ ਪੀਨੇ ਆ ਚੌਧਰੀ ਆ ਨਾ ਮੁਰਾਦਾ ਆਪ ਖਲੋਤੇ ਨੱਕ ਬੈਠੇ ਇਹਨੂੰ ਕਾਹਦੀ ਥਕਾਵਟ ਹੋਈ ਮਰੇ ਤੂੰ ਖੇਤੀਬਾੜੀ ਨੱਕ ਨਾਲ ਕਰ ਲੈ ਆਪ ਵੀ ਹੱਥ ਬੰਨੇ ਸੁਣ ਨੱਕ ਨੇ ਵੀ ਹੱਥ ਬੰਨੇ ਬਾਰੀ ਛੱਡ ਕੇ ਪੂਰਾ ਹੋ ਜਾਊ ਕਿਉਂ ਜੀ ਲੱਗਦਾ ਮਾਲ ਗੱਡੀ ਚੋਂ ਗਾਂ ਵੇਖਣ ਡਈ ਹੈ ਮੇਰਾ ਬਹੁਤ ਫਿਟਮ ਬੱਚਾ ਕਿਉਂ ਕਿਉਂ ਆ ਮਰੇ ਕਿਹੜੀ ਛੋਕੀ ਮਾਲ ਗੱਡੀ ਹੈ ਗਾਂ ਵਿੱਚੋਂ ਵੇਖਣ ਡਈ ਹੈ ਲੇਲਾ ਬਾਹਰ ਦੇ ਪਏ ਹੈ ਬਸੰਤੇ ਹਾਂ ਕੱਲ ਰਕਸ਼ਿਆ ਨੂੰ ਕਹਿੰਦਾ ਬਾਜ਼ਾਰੇ ਹੁਸਨ ਜਾਣਾ ਕਿੰਨੇ ਪੈਸੇ ਉਹ ਕਹਿੰਦਾ 100 ਰੁਪਈਆ ਉਹਦੇ ਕੰਨ ਚ ਕਹਿੰਦਾ ਮੈਂ ਕੋਈ ਬੁਰਾ ਆਦਮੀ ਨਹੀਂ ਮੇਰਾ ਘਰ ਹੈ ਉੱਥੇ ਆ ਸੰਤੇ ਹਾਰ ਕੇ ਬੰਦੇ ਸ਼ਰਾਬ ਪੀ ਕੇ ਕੁੱਤੇ ਨੂੰ ਕਹਿਣ ਲੱਗ ਰਿਹਾ ਮੇਰਾ ਪੁੱਤਰ ਵੱਡਾ ਹੋ ਕੇ ਅਫਸਰ ਬਣੇਗਾ ਤੈਨੂੰ ਲੈ ਮੌਲਾ ਕੁੱਤੇ ਨੇ ਕਿੱਥੇ ਕੋਤਖਾਨੇ ਚ ਅਫਸਰ ਲੱਗ ਜਾਣਾ ਹਾਂਜੀ ਇਹ ਡੰਡਾ ਨੀ ਮਾਰਨ ਵਾਲਾ ਪੁਰਸ਼ ਅੱਛਾ ਬੇਟੇ ਤੁਮਾਰੀ ਟੁੱਥ ਪੇਸਟ ਪੇ ਲਾਨਤ ਮੈਂ ਕਿਹਾ ਚੌਧਰੀ ਸਾਹਿਬ ਮਾਰੋ ਮਾਰਕ ਜਰਾ ਉੱਤੇ ਤੇ ਆਓ ਦੋਵੇਂ ਭਰਾ ਰਲ ਕੇ ਗੁਸਲਖਾਨਾ ਧੋ ਲਈਏ ਮੈਂ ਬਹੁਤ ਫੇਰੀ ਜਾਵਾਂਗਾ ਤੂੰ ਤੇਰਾ ਪਾਣੀ ਵਾਲੇ ਪੈਪ ਚ ਫੂਕਾਂ ਮਾਰੀ ਜਾਈ ਤੇਰਾ ਨੱਕ ਬੰਦ ਹੈ ਯਕੀਨਨ ਤੇਰੀ ਫੂਕ ਜ਼ੋਰ ਦੀ ਵਜੇਗੀ ਆ ਜਾ ਮੇਰਾ ਪੁੱਤਰ ਉੱਤੇ ਆਪਣੀਆਂ ਛੋਕੀਆਂ ਕਟਾ ਦੇ ਸਟੇਸ਼ਨ ਤੇ ਆਉਂਦੇ ਆ ਕੀ ਛੋਕੀ ਕੀਤੀ
ਨਿਕਲਦੀ ਹੈ ਗੱਡੀ ਤੋਂ ਮੈਂ ਕਿਹਾ ਲਾਹੌਰ ਆਇਆ ਅੱਜ ਵਜ਼ਨ ਵੀ ਕਰਾਉਣੇ ਆ ਪਰਚਾਈ ਮੈਨੂੰ ਕਹਿੰਦੀ ਮੈਂ ਵੀ ਕਰਾਉਣਾ ਵਜ਼ਨ ਮੈਂ ਮਸ਼ੀਨ ਤੇ ਖਲੋਤਾ ਵਿੱਚੋਂ ਪਰਚੀ ਆਈ ਆ ਉੱਤੇ ਲਿਖਿਆ 70 ਕਿਲੋ ਮੇਰੀ ਭਰਜਾਈ ਮਸ਼ੀਨ ਤੇ ਖਲੋਤੀ ਆ ਵਿੱਚੋਂ ਪਰਚੀ ਆਈ ਉੱਤੇ ਲਿਖਿਆ ਪਾਗਲ ਦੇ ਪੁੱਤਰੋ ਕੱਲੇ ਕੱਲੇ ਆਓ ਪਾਨ ਫਰੋਸ਼ਾ ਮੈਨੂੰ ਗ੍ਰਾਈ ਵਾਟਰ ਪਿਆਉਣਾ ਸੀ ਗ੍ਰਾਈ ਵਾਟਰ ਪਾਉਣਾ ਸੀ ਮੈਨੂੰ ਮੈਨੂੰ ਮਲੋਗ ਹੀ ਖਾਉਂਦੀ ਰਹੀ ਗ੍ਰਾਈ ਵਾਟਰ ਛੱਡ ਮੈਂ ਤੈਨੂੰ ਗ੍ਰਾਈ ਵਾਟਰ ਵੀ ਪਿਆ ਛੱਡਦੀ ਤੇ ਕੱਖ ਨੀ ਸੀ ਹੋਣਾ ਆਪਸ ਦੀ ਗੱਲ ਭਾਬੀ ਤੇਰੇ ਮੂੰਹ ਕੀ ਜਚੇ ਗ੍ਰਾਈ ਵਾਟਰ ਲਾਹੌਰ ਦੇ ਸ਼ੌਕ ਤੇ ਆਪਣੇ ਸਕੇ ਭਰਾ ਨੂੰ ਵੀ ਬੋਲੇਗੀ